ਮਾਰਨਿੰਗ ਸਲਾਈਡ ਪਿਆਰੇ ਬੱਚਿਓ ਅੱਜ ਮਿਤੀ 10 ਜੁਲਾਈ 2023 ਦਿਨ ਸੋਮਵਾਰ ਜਿਸ ਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਮੰਡੇ ਕਹਿੰਦੇ ਹਾਂ M O N D A Y ਮੰਡੇ ਆਓ ਕਰਦੇ ਹਾਂ ਅੱਜ ਦਾ ਵਿਚਾਰ ਵਿਦਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨਾਲ ਤੁਸੀਂ ਦੁਨੀਆ ਬਦਲ ਸਕਦੇ ਹੋ ਪਿਆਰੇ ਬੱਚਿਓ ਵਿਦਿਆ এডਿਕੇਸ਼ਨ ਸਿੱਖਿਆ ਦੇ ਨਾਲ ਅਸੀਂ ਆਪਣੇ ਵਿਵਹਾਰ ਵਿੱਚ ਆਪਣੇ ਸਮਾਜ ਵਿੱਚ ਬਹੁਤ ਸਾਰੇ ਬਦਲਾਅ ਲਿਆ ਸਕਦੇ ਹਾਂ ਬੱਚਿਓ ਪੜਿਆ ਲਿਖਿਆ ਵਿਅਕਤੀ ਹਮੇਸ਼ਾ ਦੂਸਰੇ ਵਿਅਕਤੀ ਦੇ ਮੁਕਾਬਲੇ ਜਿਆਦਾ ਚੰਗੀ ਸੋਚ ਰੱਖਦਾ ਹੈ ਜਿਆਦਾ ਵਧੀਆ ਢੰਗ ਨਾਲ ਫੈਸਲੇ ਲੈ ਸਕਦਾ ਹੈ ਸਮਾਜ ਵਿੱਚ ਜੋ ਬੁਰਾਈਆਂ ਹਨ ਉਹਨਾਂ ਨੂੰ ਖਤਮ ਕਰਨ ਦੇ ਲਈ ਸਹੀ ਗਾਈਡੈਂਸ ਦੇ ਸਕਦਾ ਹੈ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ ਸੋ ਬੱਚਿਓ ਸਾਨੂੰ ਕਦੇ ਵੀ ਸਿੱਖਿਆ ਗ੍ਰਹਿਣ ਕਰਨ ਤੋਂ ਗਿਆਨ ਵਿੱਚ ਵਾਧਾ ਕਰਨ ਤੋਂ ਕਦੇ ਵੀ ਪਰਹੇਜ਼ ਨਹੀਂ ਕਰਨਾ ਚਾਹੀਦਾ ਅਤੇ ਹਰ ਸਮੇਂ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ ਬੱਚਿਓ ਜੇਕਰ ਅਸੀਂ ਸਿੱਖਿਤ ਹੋਵਾਂਗੇ ਤਾਂ ਅਸੀਂ ਜ਼ਿੰਦਗੀ ਦੀਆਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਆਸਾਨੀ ਨਾਲ ਹੱਲ ਕਰ ਸਕਦੇ ਹਾਂ ਸਮਾਜ ਵਿੱਚ ਜੋ ਬੁਰਾਈਆਂ ਹਨ ਉਹਨਾਂ ਨੂੰ ਠੀਕ ਢੰਗ ਨਾਲ ਸਹੀ ਫੈਸਲੇ ਲੈ ਕੇ ਦੂਰ ਕਰ ਸਕਦੇ ਹਾਂ ਸੋ ਬੱਚਿਓ ਵਿਦਿਆ ਇੱਕ ਅਜਿਹਾ ਹਥਿਆਰ ਹੈ ਜਿਸ ਨਾਲ ਅਸੀਂ ਬਹੁਤ ਸਾਰਾ ਬਦਲਾਵ ਲਿਆ ਸਕਦੇ ਹਾਂ ਆਓ ਕਰਦੇ ਹਾਂ ਗਿਆਨ ਵਿਗਿਆਨ ਪੰਜਾਬ ਦੇ ਲੋਕ ਸਭਾ ਹਲਕੇ ਕਿੰਨੇ ਹਨ ਬੱਚਿਓ ਪੰਜਾਬ ਦੇ ਲੋਕ ਸਭਾ ਹਲਕੇ 13 ਹਨ ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਕਿਹੜਾ ਹੈ ਸਿੱਕਮ ਭਾਰਤ ਦਾ ਸਭ ਤੋਂ ਘੱਟ ਆਬਾਦੀ ਵਾਲਾ ਰਾਜ ਹੈ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਟਿਆਲਾ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪੰਜਾਬ ਦਾ ਮੁੱਖ ਚਿੜੀਆਕਰ ਕਿੱਥੇ ਸਥਿਤ ਹੈ ਬੱਚਿਓ ਪੰਜਾਬ ਦਾ ਮੁੱਖ ਚਿੜੀਆਕਰ ਛੱਤਬੀੜ ਵਿਖੇ ਸਥਿਤ ਹੈ ਇੱਕ ਕਿਰਨ ਦੇ ਕਿੰਨੇ ਅੰਤਿਮ ਬਿੰਦੂ ਹੁੰਦੇ ਹਨ ਬੱਚਿਓ ਕਿਰਨ ਦਾ ਇੱਕ ਹੀ ਅੰਤਿਮ ਬਿੰਦੂ ਹੁੰਦਾ ਹੈ ਆਓ 부ਝੀਏ ਜਾਂ ਅੱਜ ਦੀ 부ਝਾਰਤ ਨੀਲੀ ਟਾਕੀ ਚੌਲ ਬੱਦੇ दिने गुआचे राति लभे प्यारे बच्चे जो आज दी बुझारत है उसका उत्तर है तारे आओ करते हैं वर्ड्स फॉर प्रैक्टिस बारी बारी वर्ड्स सब नो पहला सानू दिता हुआ बच्चे शिप एस एच आई पी शिप शिप मीनस समुद्री जहाज सेकंड वर्ड इज Shop, S H O P, shop, shop means dukan. Next word is shirt, S H I R T, shirt, shirt mean Kameez. Next word is shoe, S H O E, shoe, shoe means boot. Next and last word is Shade, S H A D E, shade. Shade means shade.